ਪਹਿਲਾਂ ਕੀਤਾ ਫਿਰੋਤੀ ਲਈ ਫੋਨ, ਫਿਰ ਡੈਰੀ ਮਾਲਕ ਦੀ ਦੁਕਾਨ 'ਚ ਵੜ ਕੇ ਚਲਾ ਦਿੱਤੀਆਂ ਗੋਲੀਆਂ। ਦੱਸ ਦੇ ਕਿ ਇੱਕ ਡੇਅਰੀ ਮਾਲਕ 'ਤੇ ਸ਼ਰੇਆਮ ਗੋਲੀਆਂ ਮਾਰ ਕੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਦੀ ਟੀਮ ਵੀ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਂ ਦੱਸ ਦੇ ਕਿ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ, ਜਿੱਥੇ ਇੱਕ ਡੇਅਰੀ ਮਾਲਕ ਨੂੰ ਪਹਿਲਾਂ ਫਿਰੋਤੀ ਦੇ ਲਈ ਫੋਨ ਕੀਤਾ ਜਾਂਦਾ ਹੈ ਅਤੇ ਪੈਸੇ ਨਾ ਦੇਣ 'ਤੇ ਇਹਨਾਂ ਵੱਲੋਂ ਉਸਦੀ ਡੈਰੀ 'ਤੇ ਵੜ ਕੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਅਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਅਤੇ ਜ਼ਖਮੀ ਹਾਲਤ ਦੇ ਵਿੱਚ ਉਸ ਡੇਅਰੀ ਮਾਲਕ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ ਅਤੇ ਹੁਣ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਵੀ ਕੀਤੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁਲਿਸ ਦੀ ਟੀਮ ਵੀ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਤਾਂ ਦੱਸ ਦਈਏ ਕਿ ਇੱਕ ਡੇਅਰੀ ਮਾਲਕ 'ਤੇ ਗੋਲੀਆਂ ਚੱਲੀਆਂ ਨੇ, ਜਿੱਥੇ ਪਹਿਲਾਂ ਉਹਨਾਂ ਵੱਲੋਂ ਫਿਰੋਤੀ ਮੰਗੀ ਜਾਂਦੀ ਹੈ ਅਤੇ ਫਿਰੋਤੀ ਨਾ ਦੇਣ ਦੀ ਸੂਰਤ ਦੇ ਵਿੱਚ ਇਹ ਦੁਕਾਨ ਦੇ ਵਿੱਚ ਵੜਦੇ ਨੇ, ਗੋਲੀਆਂ ਚਲਾ ਦਿੰਦੇ ਨੇ, ਜਿਸ ਦੇ ਨਾਲ ਡੇਅਰੀ ਮਾਲਕ ਗੰਭੀਰ ਜ਼ਖਮੀ ਹੋ ਜਾਂਦਾ ਹੈ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਫਿਲਹਾਲ ਹਾਲੇ ਤੱਕ ਕੋਈ ਵੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਨਹੀਂ ਕੀਤੀ ਗਈ, ਪਰ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੈ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਜਲਦ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਹਦਾ ਪਤਾ ਨਹੀਂ ਲੱਗਾ, ਦੋ ਅਨਸਰ 'ਤੇ ਬੰਦੇ ਆਏ ਆ ਅਤੇ ਉਹਨਾਂ ਕੋਲ ਪਿਸਟਲ ਨਾਲ ਪਤਾ ਨਹੀਂ ਰਾਰਵਾ, ਉਹਨਾਂ ਪਤਾ ਲੱਗਾ ਅਤੇ ਗੋਲੀਆਂ ਮਾਰਤੀਆਂ ਉਹਨਾਂ ਨੇ। ਗੋਲੀਆਂ ਮਾਰ ਕੇ ਆਪਣੇ ਆਪ ਬਾਹਰ ਨਹੀਂ, ਮੈਂ ਮੁੰਡੇ ਦੀ ਭਾਜੀ ਬਣ ਗਈ, ਮੁੰਡਾ ਡਿੱਪਿਆ। ਅਤੇ ਗੋਲੀਆਂ ਕਿਹਦੇ ਮਾਰੀਆਂ ਜੀ? ਉਹਨਾਂ ਦਾ ਪਤਾ ਨਹੀਂ ਲੱਗਦਾ ਕਿੰਨੇ ਮਾਰੀਆਂ। ਨਹੀਂ, ਗੋਲੀਆਂ ਮਾਰੀਆਂ ਕਿਹਦੇ ਆ? ਬਿਕਰਮਜੀਤ ਸਿੰਘ ਦੇ। ਬਿਕਰਮਜੀਤ ਸਿੰਘ ਸਨ ਆਫ ਜੀ ਸੋਂ। ਕੀ ਕੰਮ ਕਰਦਾ ਉਹ? ਇਹ ਖੇਤੀਬਾੜੀ ਦਾ ਕਰਦਾ, ਜੱਟ ਜ਼ਿਮੀਂਦਾਰ ਆ ਅਤੇ ਡੇੜੀ ਦਾ ਵੀ ਚਿੱਤਨ ਦਾ ਕਰਦਾ ਨਾਲ। ਅਤੇ ਹੁਣ ਕਿੱਦਾਂ ਹਾਲਤ ਕਿੱਦਾਂ ਉਹਦੀ? ਹਾਲਤ ਉਹਦੀ ਮੰਦੀ ਸੀ ਅਤੇ ਉਹਨੂੰ ਲੈ ਕੇ ਗਏ ਆ ਗੰਭੀਰ ਹਾਲਤ ਦੇ ਵਿੱਚ ਆ। ਕੀ ਮੰਗ ਕਰਦੇ? ਅਸੀਂ ਮੰਗਦੇ ਇਨਸਾਫ ਹੋਣਾ ਚਾਹੀਦਾ। ਪੁਲਿਸ ਪਹੁੰਚੀ ਮੌਕੇ 'ਤੇ? ਮੌਕੇ ਪਹੁੰਚ ਗਈ ਜੀ। ਆਏ ਅਨਸਰ 'ਤੇ ਬਿਕਰਮਜੀਤ ਸਿੰਘ 'ਤੇ ਗੋਲੀਆਂ ਮਾਰ ਕੇ ਡੇੜੀ 'ਚ। ਕਿੰਨੇ ਬੰਦੇ ਆਏ ਗੋਲੀਆਂ ਮਾਰ? ਦੋ ਬੰਦੇ ਆਏ ਆ। ਅਤੇ ਗੋਲੀ ਕਿੱਥੇ ਕਿੱਥੇ ਲੱਗੀ ਉਹਦੇ? ਗੋਲੀਆਂ ਪੱਟਾਂ 'ਚ ਲੱਗੀਆਂ। ਕੀ ਹਾਲਤ ਹੈ ਉਹਦੀ? ਭਾਲ ਗਵੀਰ ਆ ਗਈ ਜੀ, ਲੈ ਕੇ ਗਏ ਬੰਦੇ ਸਾਡੇ। ਕੀ ਮੰਗ ਕਰਦੇ ਜੀ? ਮੰਗ ਇਨਸਾਫ ਮੰਗਦੇ ਜੀ। ਇਹ ਲੱਗਦਾ ਨਹੀਂ ਗੁੰਡਾਗਰਦੀ ਦਾ ਜ਼ਿਆਦਾ? ਨਾ ਜੀ, ਇਹ ਗੁੰਡਾਗਰਦੀ ਦੇ ਖੇਤੀਬਾੜੀ ਕਰਦਾ ਪਹਿਲਾਂ ਤੋਂ ਹੀ, ਬਚਪਨੇ ਤੋਂ ਹੀ। ਬਹੁਤ ਸ਼ਰੀਫ ਮੁੰਡਾ ਵਾ। ਸ਼ਰੀਫ ਮੁੰਡਾ ਸਾਡਾ, ਭਤੀਜਾ ਹੀ ਲੱਗਦਾ ਸਾਡਾ। ਕੀ ਮੰਗ ਕੀ ਕਰਦੇ ਜੀ? ਅਸੀਂ ਇਨਸਾਫ ਮੰਗਦੇ ਹਾਂ ਜੀ। ਪਹਿਲਾਂ ਕੀਤਾ ਫਿਰੋਤੀ ਲਈ ਫੋਨ, ਫਿਰ ਡੈਰੀ ਮਾਲਕ ਦੀ ਦੁਕਾਨ 'ਚ ਵੜ ਕੇ ਚਲਾ ਦਿੱਤੀਆਂ ਗੋਲੀਆਂ। ਦੱਸ ਦੇ ਕਿ ਇੱਕ ਡੇਅਰੀ ਮਾਲਕ 'ਤੇ ਸ਼ਰੇਆਮ ਗੋਲੀਆਂ ਮਾਰ ਕੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਦੀ ਟੀਮ ਵੀ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਂ ਦੱਸ ਦਈਏ ਕਿ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ, ਜਿੱਥੇ ਇੱਕ ਡੇਅਰੀ ਮਾਲਕ ਨੂੰ ਪਹਿਲਾਂ ਫਿਰੋਤੀ ਦੇ ਲਈ ਫੋਨ ਕੀਤਾ ਜਾਂਦਾ ਹੈ ਅਤੇ ਪੈਸੇ ਨਾ ਦੇਣ 'ਤੇ ਇਹਨਾਂ ਵੱਲੋਂ ਉਸਦੀ ਡੈਰੀ 'ਤੇ ਵੜ ਕੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਅਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਅਤੇ ਜ਼ਖਮੀ ਹਾਲਤ ਦੇ ਵਿੱਚ ਉਸ ਡੇਅਰੀ ਮਾਲਕ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ ਅਤੇ ਹੁਣ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਵੀ ਕੀਤੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁਲਿਸ ਦੀ ਟੀਮ ਵੀ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਤਾਂ ਦੱਸ ਦਈਏ ਕਿ ਇੱਕ ਡੇਅਰੀ ਮਾਲਕ 'ਤੇ ਗੋਲੀਆਂ ਚੱਲੀਆਂ ਨੇ, ਜਿੱਥੇ ਪਹਿਲਾਂ ਉਹਨਾਂ ਵੱਲੋਂ ਫਿਰੋਤੀ ਮੰਗੀ ਜਾਂਦੀ ਹੈ ਅਤੇ ਫਿਰੋਤੀ ਨਾ ਦੇਣ ਦੀ ਸੂਰਤ ਦੇ ਵਿੱਚ ਇਹ ਦੁਕਾਨ ਦੇ ਵਿੱਚ ਵੜਦੇ ਨੇ, ਗੋਲੀਆਂ ਚਲਾ ਦਿੰਦੇ ਨੇ, ਜਿਸ ਦੇ ਨਾਲ ਡੇਅਰੀ ਮਾਲਕ ਗੰਭੀਰ ਜ਼ਖਮੀ ਹੋ ਜਾਂਦਾ ਹੈ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਫਿਲਹਾਲ ਹਾਲੇ ਤੱਕ ਕੋਈ ਵੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਨਹੀਂ ਕੀਤੀ ਗਈ, ਪਰ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੈ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਜਲਦ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਹਦਾ ਪਤਾ ਨਹੀਂ ਲੱਗਾ, ਦੋ ਅਨਸਰ 'ਤੇ ਬੰਦੇ ਆਏ ਆ ਅਤੇ ਉਹਨਾਂ ਕੋਲ ਪਿਸਟਲ ਨਾਲ ਪਤਾ ਨਹੀਂ ਰਾਰਵਾ, ਉਹਨਾਂ ਪਤਾ ਲੱਗਾ ਅਤੇ ਗੋਲੀਆਂ ਮਾਰਤੀਆਂ ਉਹਨਾਂ ਨੇ। ਗੋਲੀਆਂ ਮਾਰ ਕੇ ਆਪਣੇ ਆਪ ਬਾਹਰ ਨਹੀਂ, ਮੈਂ ਮੁੰਡੇ ਦੀ ਭਾਜੀ ਬਣ ਗਈ, ਮੁੰਡਾ ਡਿੱਪਿਆ। ਅਤੇ ਗੋਲੀਆਂ ਕਿਹਦੇ ਮਾਰੀਆਂ ਜੀ? ਉਹਨਾਂ ਦਾ ਪਤਾ ਨਹੀਂ ਲੱਗਦਾ ਕਿੰਨੇ ਮਾਰੀਆਂ। ਨਹੀਂ, ਗੋਲੀਆਂ ਮਾਰੀਆਂ ਕਿਹਦੇ ਆ?
ਬਿਕਰਮਜੀਤ ਸਿੰਘ ਦੀ। ਬਿਕਰਮਜੀਤ ਸਿੰਘ ਸਨ ਆਫ ਜੀਸੋਂ, ਕੀ ਕੰਮ ਕਰਦਾ ਉਹ? ਇਹ ਖੇਤੀਬਾੜੀ ਦਾ ਕਰਦਾ, ਜੱਟ ਜ਼ਿਮੀਂਦਾਰ ਆ ਅਤੇ ਡੇਰੀ ਦਾ ਵੀ ਚਿੱਤਨ ਦਾ ਕਰਦਾ ਨਾਲ। ਅਤੇ ਹੁਣ ਕਿੱਦਾਂ ਹਾਲਤ ਕਿੱਦਾਂ ਉਹਦੀ? ਹਾਲਤ ਉਹਦੀ ਮੰਦੀ ਸੀ ਅਤੇ ਉਹਨੂੰ ਲੈ ਕੇ ਗਏ ਆ ਗੰਭੀਰ ਹਾਲਤ ਦੇ ਵਿੱਚ ਆ। ਕੀ ਮੰਗ ਕਰਦੇ? ਅਸੀਂ ਮੰਗ ਕਰਦੇ ਇਨਸਾਫ ਹੋਣਾ ਚਾਹੀਦਾ। ਪੁਲਿਸ ਪਹੁੰਚੀ ਮੌਕੇ 'ਤੇ? ਮੌਕੇ ਪਹੁੰਚ ਗਈ ਜੀ, ਆਏ ਅਨੁਪਸਰ ਅਤੇ ਬਿਕਰਮਜੀਤ ਸਿੰਘ ਅਤੇ ਗੋਲੀਆਂ ਮਾਰ ਕੇ ਡੇਰੀ 'ਚ। ਕਿੰਨੇ ਬੰਦੇ ਆਏ ਗੋਲੀਆਂ ਮਾਰਨ? ਦੋ ਬੰਦੇ ਆਏ ਆ। ਅਤੇ ਗੋਲੀ ਕਿੱਥੇ ਕਿੱਥੇ ਲੱਗੀ ਉਹਦੇ? ਗੋਲੀਆਂ ਪੱਟਾਂ 'ਚ ਲੱਗੀਆਂ। ਕੀ ਹਾਲਤ ਹੈ ਉਹਦੀ? ਹਾਲ ਗੰਭੀਰ ਆ ਗਈ ਜੀ, ਲੈ ਕੇ ਗਏ ਬੰਦੇ ਸਾਡੇ। ਕੀ ਮੰਗ ਕਰਦੇ ਜੀ? ਮੰਗ ਇਨਸਾਫ ਮੰਗਦੇ ਜੀ। ਇਹ ਲੱਗਦਾ ਨਹੀਂ ਗੁੰਡਾਗਰਦੀ ਦਾ ਜ਼ਿਆਦਾ? ਨਾ ਜੀ, ਇਹ ਗੁੰਡਾਗਰਦੀ ਦੇ ਖੇਤੀਬਾੜੀ ਕਰਦਾ ਪਹਿਲਾਂ ਤੋਂ ਹੀ, ਬਚਪਨੇ ਤੋਂ ਹੀ। ਬਹੁਤ ਸ਼ਰੀਫ ਮੁੰਡਾ ਵਾ। ਸ਼ਰੀਫ ਮੁੰਡਾ ਸਾਡਾ, ਭਤੀਜਾ ਹੀ ਲੱਗਦਾ ਸਾਡਾ। ਕੀ ਮੰਗ ਕੀ ਕਰਦੇ ਜੀ? ਅਸੀਂ ਇਨਸਾਫ ਮੰਗਦੇ ਹਾਂ ਜੀ।